ਨਮਸਕਾਰ ਹਫਤੇ ਦੇ ਲੇਖੇ ਜੋਖੇ ਚ ਤੁੰਦਾ ਸਭਨੇ ਦਾ ਸਵਾਗਤ ਹੈ ਮੈਂ ਅਰਜਨੀ ਅਨੁਭਵ ਆਪ ਸਭਨੇ ਸ਼ਾ ਪਹਿਲੇ ਪਾਲ ਪਾਣੇ ਆ ਹਫਤੇ ਪਰ ਚ ਹੋਈ ਦੀ ਗਤੀਵਿਧੀਆਂ ਪਰ ਪ੍ਰਧਾਨ ਮੰਤਰੀ ਕਾਰਿਆਲੇ ਦੇ ਰਾਜੀ ਮੰਤਰੀ ਡਾਕਟਰ ਜਿਤਿੰਦਰ ਸਿੰਘ ਹੋਰ ਆਖਿਆ ਜੇ ਜੰਮੂ ਕਸ਼ਮੀਰ ਚ ਵਿਕਾਸ ਕੀ ਤੇਜ਼ੀ ਦੇਣੇ ਕੀ ਤੈ ਤੋਲੇ ਕੇ ਕੇਂਦਰੀ ਮੰਤਰੀ ਦੇ ਦੌਰੇ ਹੋਣ ਕੇਂਦਰੀ ਮੰਤਰੀਆਂ ਦੇ ਨਿਯਮਿਤ ਤੋਰਾ ਪਰ ਜੰਮੂ ਕਸ਼ਮੀਰ ਦੇ ਦੌਰਾ ਕਰਨ ਲਈ ਜੰਮੂ ਕਸ਼ਮੀਰ ਸਰਕਾਰ ਕਨੇ ਵਿਚਾਰ ਵਿਮਰਸ਼ ਕਰੀ ਇਹਨੇ ਦੋਨੇ ਦਾ ਸ਼ਡਿਊਲ ਤਿਆਰ ਕਰਨੇ ਉਪਰ ਤਿਆਰੀ ਚਲਾਰਦੀ ਹੈ ਡਾਕਟਰ ਜਤਿੰਦਰ ਸਿੰਘੋਂ ਨੇ ਐਤਵਾਰ ਨੂੰ ਦਿੱਲੀ ਚ ਮੀਡੀਆ ਕਨੇ ਗੱਲਬਾਤ ਕਰਦੀ ਹੋਈ ਇਹ ਜਾਣਕਾਰੀ ਸਾਂਝਾ ਕੀਤੀ ਕੇਂਦਰੀ ਮੰਤਰੀਓ ਦੱਸਿਆ ਜੇ ਜੰਮੂ ਕਸ਼ਮੀਰ ਚ ਕੇਂਦਰੀ ਮੰਤਰੀਏ ਦੇ ਨਿਯਮਿਤ ਦੌਰੇ ਕਨੇ ਵਿਕਾਸ ਕੀ ਤੇਜ਼ੀ ਦੇਣੇ ਦੀ ਤਿਆਰੀ ਹੈ ਇਸੇ ਚਾਲੀ ਕਨੇ ਜਨਵਰੀ ਚ ਵੀ ਇਹੋ ਜਿਹਾ ਕੰਮ ਕੀਤਾ ਗਿਆ ਹਾ ਵਿਕਾਸ ਕੀ ਤੇਜ਼ੀ ਦੇਣੇ ਲਈ 1 ਮਹੀਨੇ ਦੇ ਅੰਤਰਾਲ ਚ 36 ਕੇਂਦਰੀ ਮੰਤਰੀਏ ਜੰਮੂ ਕਸ਼ਮੀਰ ਦੇ ਦੌਰੇ ਕੀਤੇ ਹਨ ਲੋਕੀ ਤੋਂੜੀ ਪੁੱਛਣ ਦਾ ਕੇਂਦਰ ਸਰਕਾਰ ਦਾ ਇਹ ਆਊਟਰੀਚ ਪ੍ਰੋਗਰਾਮ ਕਾਫੀ ਆਤੋੜੀ ਸਫਲ ਰਿਹਾ ਹਾ ਪ੍ਰਦੇਸ਼ ਚ ਕਾਂਗਰਸ ਦੋ ਗੁੱਟੇ ਚ ਵਡੋਈ ਗਈ ਹੈ ਗੁਲਾਮ ਨਵੀ ਆਜ਼ਾਦ ਉਦੇ ਦੌਰੇ ਕੰਨੇ ਕਾਂਗਰਸ ਚ ਆਂਤ੍ਰਿਕ ਸਿਆਸਤ ਚਰਮ ਉਪਰ ਹੈ ਪ੍ਰਦੇਸ਼ ਕਾਂਗਰਸ ਅਧਿਐਕਸ਼ ਗੁਲਾਮ ਅਹਿਮਦ ਮੀਰ ਉਦੇ ਖੇਮੇ ਨੇ ਗੁਲਾਮ ਨਵੀ ਆਜ਼ਾਦ ਕੰਨੇ ਪੂਰੀ ਚਾਲੀ ਕੰਨੇ ਦੂਰੀ ਬਣਾਈ ਲਾਤੀ ਹੈ ਪੁਰਮੁੱਖ ਮੰਤਰੀ ਤੇ ਕਾਂਗਰਸ ਦੇ ਵરિਸ਼ ਨੇਤਾ ਆਜ਼ਾਦ ਹੋਰ ਦੂਏ ਦਿਨ ਵੀ ਕਾਂਗਰਸ ਦਾ ਉਹਨੇ ਕੀ ਕੋਈ ਵੱਡਾ ਪਦਾਧਿਕਾਰੀ ਮਿਲਨੇ ਕੀ ਨਹੀਂ ਪੁੱਛਿਆ ਹਾਲਾਂਕਿ ਆਜ਼ਾਦ ਹੋਰੇ ਆਪਣੇ ਵਿਸ਼ਵਾਸ ਪਾਤਰ ਕਈ ਕਾਂਗਰਸ ਨੇਤਾਏ ਕੰਨੇ ਮਲਾਟੀ ਕਰੀ ਪਵਿੱਖ ਦੀ ਰਣਨੀਤੀ ਤਿਆਰ ਕੀਤੀ ਪਾਰਟੀ ਸੂਤਰੀ ਦੇ ਅਨੁਸਾਰ ਪਨਾਮਾ ਚੌਕ ਸਥਿਤ ਗੁਲਾਮ ਨਵੀ ਆਜ਼ਾਦ ਹੋਰੇ ਆਪਣੀ ਕੋਠੀ ਚ ਕੇ ਪੂਰਵ ਉਪ ਮੁੱਖ ਮੰਤਰੀ ਤਾਰਾ ਚੰਦ ਪੂਰ ਮੰਤਰੀ ਵਿਕਾਰ ਰਸੂਲ ਡਾਕਟਰ ਮਨੋਹਰ ਲਾਲ ਪੂਰਵ ਐਮਐਲਸੀ ਨਰੇਸ਼ ਗੁਪਤਾ ਸੁਭਾਸ਼ ਗੁਪਤਾ ਪੂਰ ਮੰਤਰੀ ਜੁਗਲ ਕਿਸ਼ੋਰ ਸ਼ਰਮਾ ਕਾਉਂਸਲਰ ਗੌਰਵ ਚੋਪੜਾ ਪੁਰਵ ਕਾਉਂਸਲਰ ਜੈ ਸਿੰਘ ਪੁਰਵ ਐਮ ਐਲ ਸੀ ਅਮੀਨ ਪਟ ਉndeਖਨੇ ਮਿਲੇ ਨਵੀਂ ਸਿੱਖਿਆ ਨੀਤੀ 2020 ਦੇ ਤਹਿਤ ਜੰਮੂ ਕਸ਼ਮੀਰ ਚ ਸਕੂਲੀ ਪਾਠਕ੍ਰਮ ਦੀ ਸਮੀਖਿਆ ਤੇ ਉਹਦੇ ਚ ਬਦਲਾਵ ਕੀਤਾ ਜਾ ਕੇ ਇਸ سلسلے ਚ ਜੰਮੂ ਕਸ਼ਮੀਰ ਬੋਰਡ ਆਫ ਸਕੂਲ ਐਜੂਕੇਸ਼ਨ ਦੀ ਟੈਕਸਟ ਕਿਤਾਬਾਂ ਦੀ ਸਮੀਖਿਆ ਲਈ 4 ਦਿਵਸ ਦੀ ਕਾਰਜਸ਼ਾਲਾ ਆਯੋਜਿਤ ਕੀਤੀ ਗਈ ਜਿਹਦੇ ਚ ਸਿੱਖਿਆ ਵਿਭਾਗ ਦੇ ਵੱਖ-ਵੱਖ ਵਿਸ਼ੇ ਦੇ ਵਿਸ਼ੇਸ਼ਗੀਆਂ ਭਾਗ ਲਗਾ ਕਾਰਜਸ਼ਾਲਾ ਦਾ ਆਯੋਜਨ ਜੰਮੂ ਕਸ਼ਮੀਰ ਸਟੇਟ ਕਾਉਂਸਲਿੰਗ ਆਫ ਐਜੂਕੇਸ਼ਨ ਰਿਸਰਚ ਤੇ ਟ੍ਰੇਨਿੰਗ ਕੀ ਤਹਾ ਵਿਸ਼ੇਸ਼ज्ञ इंग्लिश ਮੈਥਮੈਟਿਕਸ ਸੋਸ਼ਲ ਸਾਇੰਸ ਤੇ ਸਾਇੰਸ ਭਾਸ਼ਾ ਦੇ ਇਲਾਵਾ ਉਰਦੂ ਪੰਜਾਬੀ ਡੋਗਰੀ ਭਾਸ਼ਾ ਦੀ 10ਵੀਂ 11ਵੀਂ 12ਵੀਂ ਕਲਾਸ ਦੇ ਪਾਠਕ੍ਰਮ ਚ ਇਹਦੀ ਸਮੀਖਿਆ ਕੀਤੀ ਇਸ ਸਰਬੰਦਾ ਚ ਵਿਸ਼ੇਸ਼ज्ञ ਤੋਲੇ ਗਿਆ ਆਪਣੀ ਰਿਪੋਰਟ ਵੀ ਸੌਂਪ ਗਣ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇ ਕਾਰਗੀ ਜ਼ਿਲ੍ਹੇ ਚ ਨੋਮੀਤਵਾ 12ਵੀਂ ਕਲਾਸ ਲਈ ਸਕੂਲ ਪਿਆ ਫੀਸਦ ਸ਼ਮਤਾ ਕਨੇ ਖੋਲੀ ਦਿੱਤੇ ਗੇ ਕਾਰਗਿਲ ਚ ਕਰੋਨਾ ਸੰਕਰਮਨ ਕਨੇ ਉਪਚੇ ਦੇ ਇਲਾਜ ਚ ਕਾਫੀ ਆਟੋੜੀ ਸੁਧਾਰ ਦੇ ਬਾਅਦ ਸਕੂਲ ਖੋਲ੍ਹੇ ਦਾ ਫੈਸਲਾ ਡਿਪਟੀ ਕਮਿਸ਼ਨਰ ਸੰਤੋਸ਼ ਸੁਖਦੇਵੇ ਹੋਰ ਲਹਿਤਾ ਇਸ ਵੇਲੇ ਕਾਰਗਿਲ ਜ਼ਿਲ੍ਹੇ ਚ ਕਰੋਨਾ ਦੀ ਰੋਕਥਾਮ ਗਿੱਤੇ ਵੱਡੇ ਪੇਮਾਨੇ ਉਪਰ ਕਾਰਵਾਈ ਦੇ ਚੱਲਦੇ ਸੰਕਰਮਨ ਦੇ ਛੜੇ 5 ਮਾਮਲੇ ਨੇ ਕਾਰਗਿਲ ਜ਼ਿਲ੍ਹੇ ਚ ਸਿੱਖਿਆ ਕੀ ਪਟਰੀ ਉਪਰ ਆਉਣੇ ਗਿੱਤੇ ਉਹਦੀ ਬੈਠਕ ਚ ਨਵੀ ਤਦਾਂ ਕਲਾ ਲਈ ਹੈ 12ਵੀਂ ਕਲਾਸਾ ਤੋਂ ੜੀ ਦੇ ਵਿਦਿਆਰਥੀਆਂ ਲਈ ਸਕੂਲ ਖੋਲਣ ਦਾ ਫੈਸਲਾ ਲਇਆ ਗਿਆ ਸਕੂਲ ਖੁੱਲਦੇ ਹੀ ਅਪ੍ਰੈਲ ਮਹੀਨੇ ਬੰਦ ਪਏ ਦੇ ਜ਼ਿਲ੍ਹੇ ਦੇ ਸਕੂਲਾਂ 'ਚ ਰੌਣਕ ਪਰਤੋਈ ਆਈ ਜੋਸ਼ ਕੰਨੇ ਸਕੂਲ ਪੁਜੇ ਦੇ ਬੱਚੇ ਦਾ ਸਕੂਲ ਤੇ ਸਟਾਫ ਦੇ ਸਦਸਿਆਂ ਸਵਾਗਤ ਕੀਤਾ ਕਰੀਬ 3 ਮਹੀਨੇ ਬਾਅਦ ਆਪਣੀ ਸਿਪਾਠੀ ਕੰਨੇ ਮਿਲੀਏ ਵਿਦਿਆਰਥੀ ਖਾਸੇ ਉਤਸ਼ਾਹਿਤ ਲੱਗੇ ਇਸ ਦੌਰਾਨ ਬੱਚੇ ਕੀ ਨਿਰਦੇਸ਼ ਦਿੱਤੇ ਗਏ ਜੀ ਉਹ ਕੋਰੋਨਾ ਦੀ ਰੋਕਥਾਮ ਸਰਬੰਦੀ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਕਰਨੇ ਪਾਲਨ ਕਰਨ ਜੰਮੂ ਕਸ਼ਮੀਰ ਆਪਣੀ ਪਾਰਟੀ ਦੇ ਪ੍ਰਧਾਨ ﺍﻟताफ बुखारी ਔਰੇ ਪੱਥਰਵਾਜ਼ੀ ਰਾਸ਼ਟਰੀ ਵਿਰੋਧੀ ਤਤਵੇ ਕੀ ਨੌਕਰੀ ਤੇ ਪਾਸਪੋਰਟ ਨਹੀਂ ਦੇਣੇ ਦੇ ਆਦੇਸ਼ ਦਾ ਵਿਰੋਧ ਕਰਦੇ ਹੋਏ ਆਖਿਆ ਜਿਸ ਸਰਕਾਰ ਦੇ ਅਨੁਸਾਰ ਤੇ 3 ਸਾਲ ਥਾਵਾ ਪੱਥਰਵਾਜ਼ੀ ਬੰਦ ਹੋਈ ਚੁਕੀ ਦੀ ਹੈ ਤੇ ਅਨਿਆ ਆਦੇਸ਼ ਤੇ 10 ਸਾਲ ਪੁਰਾਣਾ ਹੈ ਪਹਿਲੇ ਵੀ ਪਾਸਪੋਰਟ ਲਈ ਜਾਂਚ ਹੁੰਦੀ ਹੀ ਇਆਂ ਲੱਗਦਾ ਹੈ ਜੇ ਕੁਸੇ ਨੇ ਆਪਣੇ ਨੰਬਰ ਬਣਾਨੇ ਗੀ ਤੇ ਆਦੇਸ਼ ਪ੍ਰਤੀ ਕੱਢਿਆ ਪਰਦਾਨ ਮੰਤਰੀ ਵਿਸ਼ਵਾਸ ਬਹਾਲੀ ਦੀ ਗੱਲ ਕਰਦੇ ਨਾ ਪਰ ਇਸ ਚਾਲੀ ਦੇ ਆਦੇਸ਼ ਕੱਢਣੇ ਦਾ ਕੀ ਮਤਲਬ ਹੈ ਜੰਮੂ ਚ ਪਾਰਟੀ ਮੁਖਿਆਲੇ ਚ ਪੱਤਰਕਾਰਾਂ ਨੇ ਗੱਲਬਾਤ ਕਰਦੇ ਹੋਈ ਬੁਖਾਰੀ ਹੋ ਰਿਹਾ ਕਿ ਅਜੇ ਦੇਸ਼ ਤੇ ਕਈ ਥਾਰਿਆਂ ਉੱਪਰ ਪਥਰਾਵ ਹੁੰਦਾ ਹੈ ਇਹਦੇ ਚ ਕੀ ਆਸ ਆਪਣੇ ਬੱਚੇ ਕੀ ਸਜ਼ਾ ਦੇਗੇ ਉਹਨੇ ਆਖਿਆ ਜੇ ਅਨੁਛੇ 317 ਦੀ ਵਾਪਸੀ ਹੋਣੀ ਚਾਹੀਦੀ ਮਾਮਲਾ ਸਰਵੋੱਚ ਨਿਆਂਇਲ ਚ ਵਿਚਾਰ ਦਿਨਾ ਹੈ ਉਮੀਦ ਹੈ ਜੇ ਇਨਸਾਫ ਹੋਗ ਬੁਖਾਰੀਓਰੇ ਦਰਬਾਰ ਮੁਵਦੀ ਪ੍ਰਕਿਰਿਆ ਕੀ ਬੰਦ ਕਰਨੇ ਦਾ ਵਿਰੋਧ ਕਰਦੇ ਹੋ ਜਾਂ ਕਿਹਾ ਜੇ ਇਹ ਦੇ ਕਰਨੇ ਅਰਥ ਵਿਵਸਥਾ ਕੀ ਨੁਕਸਾਨ ਪੂਜਕ ਅਗਸਤ 2019 ਦੇ ਬਾਅਦ ਤਵਾਂ ਪਹਿਲੇ ਕੇ ਕਾਫੀ ਨੁਕਸਾਨ ਹੋ ਹੀ ਚੁਕੇ ਦਾ ਹੈ ਪ੍ਰਧਾਨ ਮੰਤਰੀ ਤੇ ਕਾਂਗਰਸ ਦੇ ਵરિਸ਼ਟ ਨੇਤਾ ਗੁਲਾਮ ਨਵੀ ਆਜ਼ਾਦ ਉਰਿਆਕਿਆ ਜੀ ਜੰਮੂ ਕਸ਼ਮੀਰ ਚ ਦਰਬਾਰ ਮੂਵ ਬੰਦ ਕਰਨੇ ਦਾ ਫੈਸਲਾ ਗਲਤ ਹੈ ਦਰਬਾਰ ਮੂਵ ਦੀ ਪ੍ਰਕਿਰਿਆ ਕੀ ਜਾਰੀ ਰੱਖਿਆ ਜਾਣਾ ਚਾਹੀਦਾ ਦਰਬਾਰ ਮੂਵ ਬੰਦੋ ਨੇ ਕਰਨੇ ਜੰਮੂ ਬਰਵਾਦ ਹੋਈ ਜਾਗ ਉਹਨੇ ਮੁਆਰਕ ਮੰਡੀ ਕੀ ਓਟਰ ਬਣਾਏ ਜਾਣੇ ਦੇ ਫੈਸਲੇ ਦਾ ਵਿਰੋਧ ਕਰਦੇ ਹੋ ਯਾਕਿਆ ਜੀ ਕੇਂਦਰ ਸਰਕਾਰ ਕੀ ਮੁਆਰਕ ਮੰਡੀ ਦੇ ਸੰਰਖਣ ਲਈ 2400 ਕਰੋੜ ਜਾਰੀ ਕਰਨੇ ਚਾਹੀਦੇ ਮੁਆਰਕ ਮੰਡੀ ਜੰਮੂ ਦਾ ਮੁੱਖ ਪ੍ਰਟਨ ਸਥਲ ਬਣ ਸਕਦਾ ਹੈ ਜੰਮੂ ਦੌਰਿਆ ਪਰ ਆਜ਼ਾਦੋ ਨੇ ਸੋਮਵਾਰ ਨੂੰ ਸ਼ਾਮਿਲ ਗਾਂਧੀ ਨਗਰ ਸਥਿਤ ਆਪਣੇ ਨਿਵਾਸ ਉਪਰ ਪੱਤਰਕਾਰ वार्ता ਕੀ ਸੰਬੋਧਿਤ ਕਰਦੇ ਹੋਏ ਆਖਿਆ ਜੇ ਦਰਬਾਰ ਨੂੰ ਬੰਦੋ ਨੇ ਕਰਨੇ ਜੰਮੂ ਦੀ ਅਰਥ ਵਿਵਸਥਾ ਕੀ ਮਤਾ ਨੁਕਸਾਨ ਹੋਗ ਚਾਹ ਆਲੇ ਟੈਕਸੀ ਆਲੇ ਆਪਣੇ ਮਕਾਨ ਕਿਰਾਇਆ ਪਰ ਦੇਣੇ ਵਾਲੇ ਲੋਕੇ ਦੁਕਾਨਦਾਰਾਂ ਨੂੰ ਇਹਦਾ ਕਾਫੀ ਨੁਕਸਾਨ ਹੋਗ ਦਰਬਾਰ ਮੁਵ ਦੀ ਪ੍ਰਕਿਰਿਆ ਮਹਾਰਾਜਾ ਦੇ ਬੇਲੇ ਤਵਾ ਚਲੀ ਆਵਾਰ ਦੀ ਹੈ ਆਜ਼ਾਦੋ ਨੇ ਆਖਿਆ ਜੀ ਅਸੀਂ ਆਪਣੇ ਬੇਲੇ ਚ 40 ਕਰੋੜ ਜਾਰੀ ਕਰੀ ਹੈ ਮਾਰਕ ਮੰਡੀ ਦੇ ਸੰਰਖਣ ਦਾ ਕੰਮ ਸ਼ੁਰੂ ਕਰਵਾਇਆ ਹ ਜੰਮੂ ਕਸ਼ਮੀਰ ਤਵਾ ਅਨੁਛੇ 370 ਤੇ 35A ਅਟਨੇ ਦੀ ਦੂਈ ਵਰਸੀ ਉਪਰ ਬਾਸ਼ਪਾ ਨੇ ਪੂਰੇ ਪ੍ਰਦੇਸ਼ ਚ ਜਸ਼ਨ ਮਨਾਇਆ ਜੰਮੂ ਚ ਵੀ ਬਾਸ਼ਪਾ ਮੁਖਿਆਲੇ ਚ ਉਤਸ਼ਾਹ ਦਿਖਨੇ ਦੀ ਲੱਭਿਆ ਉੱਥੇ ਕੇ ਕਸ਼ਮੀਰ ਕਾਰਟਿਚਵੀ ਬਾਸ਼ਪਾ ਨੇਤੇ ਜਸ਼ਨ ਮਨਾਇਆ ਇਨੇ ਸਭ ਨੇ ਪੀਡੀਪੀ ਨੇ ਇਸ ਦਿਨ ਕੀ ਕਾਲਾ ਦਿਵਸ ਤੇ ਰੂਪਾ ਚ ਮਨਾਇਆ ਪੀਡੀਪੀ ਦੀ ਬਖਿਆ ਜਾਰੀ ਬਿਆਨ ਚ ਆ ਕਿਆ ਗਿਆ ਜੇ ਇਹ ਸਾਡੇ અપਮਾਨ ਦੀ ਵਰਸੀ ਹੈ ਇਸੇ ਦਿਨ ਜੰਮੂ ਕਸ਼ਮੀਰ ਦੇ ਲੋਕ ਕੇ ਕੋਲਾ ਕੇਂਦਰ ਸਰਕਾਰ ਪਾਸਿਆ ਕੀਤੇ ਗਏ ਦੇ ਗੰਭੀਰ ਬਾਦ ਦੇਗੀ ਤੋੜਿਆ ਗਿਆ ਹਾ ਇਹ ਉਹ ਦਿਨ ਹੈ ਜਿਸ ਲਈ ਸਵੈਧਾਨਿਕ ਲੋਕਤੰਤਰ ਗੀ ਨਸ਼ਟ ਕੀਤਾ ਗਿਆ ਬਾਸ਼ਪਾ ਦੀ ਬਖਿਆ ਔਰ ਮੰਡਲ ਮੁਖਿਆਲੇ ਉੱਪਰ 5 ਅਗਸਤ ਦੀ ਤਿਰੰਗਾ ਝੰਡਾ ਫਹਿਰਾਇਆ ਗਿਆ ਬਾਸ਼ਪਾ ਨੇ ਇਸ ਦਿਨ ਦੀ ਇਕਾਤਮਕਤਾ ਦਿਵਸ ਦੇ ਰੂਪ ਵਿੱਚ ਮਨਾਇਆ ਡੋਗਰੀ ਸਾਹਿਤ ਦੀ ਪਛਾਣ ਡੋਗਰੀ ਦਾ ਗੌਰਵ ਆਧੁਨਿਕ ਡੋਗਰੀ ਕਵਿਤਾ ਦੀ ਸ਼ਿਖਰ ਉੱਪਰ ਲੈ ਜਾਣ ਵਾਲੀ ਜੰਮੂ ਦੀ ਬੋਬੋ ਵੱਡੀ ਭੈਣ ਹੁੰਦਾ ਬੁੱਧਵਾਰ ਹੈ ਬੜਲੇ 4 ਵਜੇ 30 ਮਿੰਟੇ ਉੱਪਰ ਮੁੰਬਈ ਸਥਿਤ ਉਹਦੇ ਨਿਵਾਸ ਉੱਪਰ ਅਰੀ ਦੇ ਗਤੀ ਰੁਕਨੇ ਕਰਨੇ ਕਾਲ ਹੋਈ ਗਿਆ ਇਹ ਜਾਣਕਾਰੀ ਉਨਦੇ ਨਿੱਕੇ ਭਰਾ ਸਾਹਿਤਕਾਰ ਗਿਆਨੇਸ਼ਵਰ ਸ਼ਰਮਾ ਉਹਨੇ ਦਿੱਤੀ ਉਹ ਆਪਣੇ ਪਿੱਛੇ ਆਪਣੇ ਪਤੀ ਸ਼ਾਸਤਰੀ ਗਾਇਕ सुरेंद्रਪਾਲ ਸਿੰਘ ਸਚਦੇਵ ਆਪਣੇ ਬੇਟੇ ਤੇਜਪਾਲ ਸਿੰਘ ਸਚਦੇਵ ਤੇ ਬੇਟੀ ਬੀਤਾ ਸਚਦੇਵ ਉਹ ਰਗੀ ਛੋੜੀਏ ਚਲੀ ਗਈਆਂ ਪਦਮਾ ਸਚਦੇਵ ਉਹਰੇ ਆਪਣੀ ਮਾਤਰਵਾਸ਼ਾ ਕਨੇ ਉਹਨੇ ਕੀ ਜਨੂਨੀ ਅਧ ਕਨੇ ਪਿਆਰ ਹਾ ਡੋਗਰੀ ਪਾਸ਼ਾ ਡੋਗਰੀ ਸਾਹਿਤ ਡੋਗਰੀ ਸੰਸਕ੍ਰਿਤੀ ਦੀ ਦੁਨੀਆ ਦੇ ਕੋਨੇ-ਕੋਨੇ ਤੋੜੀ ਪਹੁੰਚਾਣੇ ਚ ਇੰਦਾ ਯੋਗਦਾਨ ਕਾਫੀ ਸਰਾਣੀ ਰਿਆ ਡੋਗਰੀ ਕੀ ਸੰਵਿਧਾਨ ਦੇ 8ਵੀਂ ਅਨੁਸੂਚੀ ਚ ਸ਼ਾਮਿਲ ਕਰਨੇ ਕੀਤੇ ਉਹਦੇ ਸੰਘਰਸ਼ ਚ ਅਮੇਸ਼ਾ ਕੰਦੇ ਕਨੇ ਕੰਦਾ ਮੋਲਾਈਆ ਚਲਦੀ ਰਹੀਆਂ ਮੁਾਰਕ ਮੰਡੀ ਚ ਰਾਣੀ ਦੇ ਆਵਾਸ ਕੀ ਹੈਰਟੇਜ ਹੋਟਲ ਚ ਬਦਲਣ ਦੇ ਵਿਰੋਧ ਚ ਜੰਮੂ ਦੇ 100 ਵરિਸ਼ਟ ਨਾਗਰਿਕਾਂ ਉਪਰਾਜੇ ਪਾਲੋ ਨੇ 기 ਚਿੱਠੀ ਲਿਖੀ ਉਹਨਾਂ ਲਿਖਿਆ ਜੇ ਮੁਾਰਕ ਮੰਡੀ ਇੱਕ ਸੰਰਖਿਤ ਸਮਾਰਕ ਹੈ ਇਦੇ ਲਈ ਇਹਦੇ ਚ ਕਿਸੇ ਵੀ ਹਿੱਸੇ ਕੀ ਕਮਰਸ਼ੀਅਲ ਉਪਯੋਗ ਇਹਦਾ ਕਰਨਾ ਜੰਮੂ ਕਸ਼ਮੀਰ ਪ੍ਰਾਚੀਨ ਸਮਾਰਕ ਸੰਰਖਣ ਅਧਿਨਿਯਮ 1970 ਦਾ ਉਲੰਘਣ ਹੋਗ ਮਾਰਕਵੰਡੀ ਦੀ ਵਿਸ਼ੇਸ਼ ਦਰੋਹਰ ਸੱਲ ਬੰਨੇ ਦੀ ਅਪਾਰ ਸੰਭਾਵਨਾ ਹੈ ਨਾ ਪਰ ਹੋਟਲ ਬੰਨੇ ਦੇ ਫੈਸਲੇ ਕਨੇ ਇਹਦਾ ਵजूद ਖਤਮ ਹੋ ਹੀ ਜਾਗ ਮਾਰਕਵੰਡੀ ਸਿਰਫ ਇੱਕ ਸੰਰਖਿਤ ਸਮਾਰਕ ਨਹੀਂ ਹੈ ਬਲਕਿ ਇਹ ਲੋਕਾਂ ਕੀ ਇਸ ਖੇਤਰ ਦੇ ਇਤਿਹਾਸ ਤੇ ਸਭਿਅਤਾ ਕਰਨੇ ਜੋੜਨੇ ਤੇ ਗਰਵ ਕਰਾਣੇ ਦਾ ਸਥਾਨ ਹੈ। ਉਹਨੇ ਆਖਿਆ ਜੇ ਰਾਜਸਥਾਨ ਸਮੇਤ ਅੰਨੇ ਰਾਜੇ ਨੇ ਅਸੁਰੱਖਿਤ ਨਿਜੀ ਵਿਰਾਸਤਾਂ ਦੀ ਪਰਤੀ ਉਪਯੋਗ ਜਾਂ ਹਾਇਟੇਜ ਹੋਟਲ ਚ ਬਦਲਨੇ ਦੀ ਨੀਤੀ ਬਣਾਈ ਹੈ ਪਰ ਕੁਸੇ ਵੀ ਰਾਜੇ ਚ ਸੰਗਰਖਸ਼ਿਤ ਸਮਾਰਕ ਦਾ ਨਿਜੀ ਉਪਯੋਗ ਨਹੀਂ ਕੀਤਾ ਗਿਆ ਹੈ। ਜੰਮੂ ਕਸ਼ਮੀਰ ਸੜਕ ਪਰਿਵਹਨ ਨਿਗਮ ਦੇ ਬੇੜੇ ਚ ਪਹਿਲੀ ਵਾਰੇ 42 एसी ਬਸਾਂ ਸ਼ਾਮਲ ਹੋਣ ਜਾਣਦੀਆਂ ਸਤੰਬਰ ਤੋਂ ਢੋੜੀ ਇਹਨੇ ਬਸਾਂ ਗੀ ਸ਼ਾਮਿਲ ਕਰੇ ਲਤਾ ਜਾਗ ਇਹ ਪਹਿਲਾ ਮੌਕਾ ਹੈ ਜਿਸ ਲਈ ਆਮ ਲੋਕਾਂ ਕੀ ਸਰਕਾਰੀ एसी ਬਸਾਂ ਚ ਸਫਰ ਕਰਨੇ ਦਾ ਮੌਕਾ ਮਿਲਗ ਇਹਨੇ ਕੀ ਅੰਤਰ ਜ਼ਿਲਾ ਮਾਰਗਿਓਂ ਪਰ ਚਲਾਣੇ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਦੇਸ਼ ਵਾਸੀਆਂ ਕੀ ਬਿਹਤਰ ਸਾਰਵਜਨਿਕ ਪਰਿਵਹਨ ਸੇਵਾ ਦੇਣੇ ਦੇ ਉਦੇਸ਼ਕ ਨੇ ਜੇਕੇ ਆਰਟੀਸੀ ਇਹਨੇ ਬਸਾਂ ਗੀ ਸ਼ਾਮਿਲ ਕਰਾਰ ਦੀ ਹੈ ਇਹਨੇ ਵਾਹਨੇ ਦੀ ਖਰੀਦ ਗਵਰਨਮੈਂਟ ਈ ਮਾਰਕੀਟ ਪਲੱਸ ਉਪਰ ਹੋਈ ਹੈ ਇਹ ਬਸਾਂ ਬੀਐਸ 6 ਮਾਨਕ ਦੀਆਂ ਉਗਨ जिन्हें प्रदेश की भौगोलिक स्थिति के सबा तैयार किया गया है बेला बेलार एक लौकी ब्रेक मिलने ब्रेक के बाद मजबूती की पहचान ए सी सी सीमेंट मैसर्स बिशनदास जसवाल एंड सनस आथोराइज्ड स्ट ए सी सी सीमेंट फोर्टीफाइव ट्रांसपोर्ट नगर जम्मू ਬ੍ਰੇਕ ਦੇ ਬਾਅਦ ਪਰਤੀਏ ਤੁੰਦਾ ਸਵਾਗਤ ਹੈ ਹਫਤੇ ਦੇ ਲੇਖੇ ਜੋਖੇ ਚ ਅਗਰ ਅਸ ਇਤਿਹਾਸ ਦੀ ਗੱਲ ਕਰਚੇ ਤੇ ਇਤਿਹਾਸ ਆਮੂਮਨ ਕਾਗਜ਼ਾਂ 'ਤੇ ਲਿਖਿਆ ਜਾਂਦਾ ਹੈ ਪਰ ਕੀ ਤੁਸੀਂ ਕਿਸੇ ਵੱਡੇ ਕਪੜੇ ਦੀ ਚਾਦਰ ਉੱਪਰ ਰੰਗੇ ਕਰਨੇ ਵਰਤਮਾਨ ਦੇ ਇਤਿਹਾਸੀ ਉਕੇਦੇ ਹੋਏ ਦੇਖਿਆ ਹੈ ਕਸ਼ਮੀਰ ਦੇ ਇੱਕ ਇਨੇ ਦਸਗਾਰ ਨੇ ਇਹ ਕਰੀ ਦੱਸਿਆ ਉਹਨੇ ਕਪੜੇ ਦੀ ਚਾਦਰ ਉੱਪਰ ਸ੍ਰੀਨਗਰ ਸ਼ਹਿਰ ਦਾ ਮੁਕੰਮਲ ਨਕਸ਼ਾ ਉਤਾਰੀਏ ਸਭਨੇ ਦੀ ਚਕਿਤ ਕਰਿਉੜਿਆ ਨਕਸ਼ਾ ਐਸਾ ਜੀ ਚਾਦਰ ਉਪਰ ਇੱਕ ਨਜ਼ਰ ਪਾਉਂਦੇਗੇ ਇਸ ਇਤਿਹਾਸਿਕ ਸ਼ਹਿਰਾ ਦਾ ਬੁਗੋਲ ਇੱਥੇ ਦੀ ਸੱਭਿਤਾ ਕਲਾ ਤੇ ਸੰਸਕ੍ਰਿਤੀ ਪ੍ਰੇਟਨਸਲ ਇੱਥੇ ਤੋਂੜੀ ਕੀ ਪ੍ਰਸਿੱਧ ਡਲ ਜੀਲ ਚ ਤੈਰਦੇ ਸ਼ਿਕਾਰੀ ਦਾ ਅਸੀਮ ਮੰਜ਼ਰ ਸਾਡੀ ਅੱਖਾਂ ਦੇ ਸਾਹਮਣੇ ਘੁੰਮਣ ਲਈ ਪੁੰਦਾ ਜਿਨੇ ਲੋਕੇ ਤਰਤੀ ਦਾ ਸਵਰਗ ਅੱਖਾਂ ਆਖ ਨੇ ਆਲੇ ਕਾਟੀ ਦਾ ਅਲੀ ਤੋਂੜੀ ਰੁਖ ਨਹੀਂ ਕੀਤਾ ਉਹ ਇਸ 7 ਮੀਟਰ ਲੰਬੀ ਤੇ 5 ਮੀਟਰ ਚੌੜੀ ਚਾਦਰ ਉਪਰ ਬਣੀ ਦੀ ਤਸਵੀਰਾਂ ਦੇ ਸਰੀਏ ਕਸ਼ਮੀਰ ਦਾ ਦਿਲ कहलने वाले श्रीनगर दी सैर करी सकदे ना श्रीनगर दी मुकम्मल तस्वीर उकेरने ਲਈ ਇਹ ਚਾਦਰ ਖਾਸ ਤੌਰ ਉਪਰ ਬਣਵਾਈ ਗਈ 5 اگست 기 জম্মੂ ਕਸ਼ਮੀਰ ਚ ਅਨੁਛੇਦ 317 ਸਮਾਪਤ ਹੋਣ ਦੇ 2 ਸਾਲ ਪੂਰੇ ਹੋਏਗੇ ਇਸ ਮੌਕੇ ਉਪਰ ਮਕਬੂਲ ਦਾ ਇਹ ਤੋਹਫਾ ਹੋਰ ਵੀ ਖਾਸ ਹੋ ਜਾਂਦਾ ਮੰਗਲਵਾਰੇ ਦੁਰਘਟਨਾਗ੍ਰਸਤ ਹੋਇਆ ਰੰਜੀਤ ਸੈਗਰ ਜੀਲ ਚ ਡਿੱਗੇ ਦੇ ਦਰੂਵ ਹੈਲੀਕਾਪਟਰ ਦਾ ਜ਼ਿਆਦਾਤਰ ਮਲਵਾ ਸਟੀਲ ਦੇ ਥਲਕੜੇ ਇਸ ਵਿੱਚ ਫਸੇ ਦਾ ਸ਼ੁਕਰਵਾਰੇ ਆਖਿਰ ਨੋਇ ਸੈਨਾ ਦੇ ਗੋਤਾਖੋਰ ਉਸਥਾਰਾ ਦੀ ਚਿੰਨਿਤ ਕਰਨ ਵਿੱਚ ਸਫਲ ਰਹੇ ਪਰ ਅਲੀ ਤੋਂੜੀ ਦੋਨੇ ਸੈਨਿਕ ਅਧਿਕਾਰੀ ਦੇ ਬਾਰੇ ਵਿੱਚ ਕੋਈ ਪੁਖਤਾ ਜਾਣਕਾਰੀ ਨਹੀਂ ਲੱਭੀ ਹੈ ਪਾਣੀ ਚ ਗਾਦ ਮਤਾ ਉਹਨੇ ਦੇ ਕਾਰਨ ਤੇ ਟਰਬਾਈਨ ਚੱਲਨੇ ਦੇ ਕਾਰਨ ਨੀਚਲੇ ਬਾਵ ਤੇਜ਼ ਹੋਣ ਦੇ ਕਾਰਨ ਗੋਤਾਖੋਰ ਮਲਵੇ ਤੋਂੜੀ ਨਹੀਂ ਪੁੱਜੀ ਪਾਰਦੇ ਵਿਸ਼ੇਸ਼ ਉੱਚ ਅਕਸ਼ਮਤਾ ਵਾਲੇ ਕੈਮਰੇ ਮੰਗਵਾਏ ਗਏ ਤਾਂਕਿ ਸਹੀ ਜਾਣਕਾਰੀ ਮਿਲ ਸਕੇ ਆਸੋਸਿੰਦਾ ਸੀਯੋਰਜੀ ਜੇ ਸੈਨਾ ਦਾ ਦਰੂਪ एएलएच मार्क 4 हेलीकॉप्टर मंगलवार ए 9:05 ਮਿੰਟੇ ਉਪਰ ਦੁਰਘਟਨਾ ਗ੍ਰਸਤ ਹੋਇਆ ਰஞ்சிਤ ਸਾਗਰ ਜੀਲ ਚ ਜਾਈ ਡ ਗਿਆ ਹ ਇਸ ਹੈਲੀਕਾਪਟਰ ਨੇ ਪਠਾਨਕੋਟ ਤੋਂ ਉਡਾਨ ਭਰੀ ਹੀ ਇਹਦੇ ਚ ਲੈਫਟਨੈਂਟ ਕਰਨਲ ਐਸ ਬਾਟ ਤੇ ਉਹਦੇ ਸਹਿਯੋਗੀ ਅਧਿਕਾਰੀ ਜਯੰਤ ਜੋਸ਼ੀ ਸਵਾਰ ਹੈ ਕਲਾਕਾਰੇ ਲਈ ਕਲਾ ਦਾ ਮੰਦਿਰ ਕਲਾ ਕੇਂਦਰ ਸਰਕਾਰੀ ਉਪੇਕਸ਼ਾ ਦੇ ਚਲਦੇ ਸਫੇਦ ਆਥੀ ਸਾਬਿਤ ਹੋ ਆਦਾ ਹੈ ਕਲਾ ਕੇਂਦਰ ਚ ਬਿਜਲੀ ਵਿਭਾਗ ਦੀ 2 ਕਰੋੜ ਰੁਪਏ ਦੀ ਦੇਣਦਾਰੀ ਹੈ ਬਿੱਲ ਦਾ ਭੁਗਤਾਨ ਨਹੀ ਹੋਣ ਦੇ ਕਾਰਨ 6 ਮਹੀਨੇ ਤੋਂ ਇੱਥੇ ਬਿਜਲੀ ਕਟੋਈ ਦੀ ਹੈ ਇਹਦੇ ਚਲਦੇ ਪੂਰਾ ਕਲਾ ਕੇਂਦਰ ਯਾਨੀ ਪੁਰਾਤਤਵ ਅਤੇ ਅਭਿਲੇਖਾਗਾਰ ਜੰਮੂ ਕਸ਼ਮੀਰ ਕਲਾ ਸੰਸਕ੍ਰਿਤੀ ਅਤੇ ਭਾਸ਼ਾ ਕਾਦਮੀ ਦੀ ਆਰਟ ਗੈਲਰੀ ਤੇ ਜ਼ਿਲ੍ਹਾ ਪੁਸਤਕਾਲੇ ਚ ਕੰਮ ਨਹੀਂ ਹੋ ਰਿਹਾ ਦਾ ਹਾਲਤ ਇਹ ਹੈ ਜੇ ਪੂਰਾ ਕਲਾ ਕੇਂਦਰ ਚ ਪਾਣੀ ਦੀ ਕੋਈ ਵੀ ਵਿਵਸਥਾ ਨਹੀਂ ਹੈ ਸਵਚਾਲੇ ਟੋੜੀ ਦੀ ਸਫਾਈ ਹੋਏ ਦੇ 6 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਨੇ ਗਰਮੀ ਚ ਬਿਜਲੀ ਨਹੀਂ ਹੋਣੇ ਕਾਰਨ ਕਰਮਚਾਰੀ ਕਲਾ ਕੇਂਦਰ ਚ ਨਹੀਂ ਬੈਠੀ ਸਕਦੇ ਕਲਾ ਕੇਂਦਰ ਚ ਜੰਮੂ ਕਸ਼ਮੀਰ ਕਲਾ ਸੰਸਕ੍ਰਿਤੀ ਤੇ ਭਾਸ਼ਾ ਕਾਦਮੀ ਦੇ ਕਰੋੜਾ ਰੁਪਏ ਦੀ ਕਲਾਕ੍ਰਿਤੀਆਂ ਤੇ ਸਕਲਪਚਰ ਨੇ ਲੇਕਿਨ ਉਹਨੇ ਕੀ ਡਿਸਪਲੇ ਨਹੀਂ ਕੀਤਾ ਗਿਆ ਆਤੰਕੀ ਵਾਰਦਾਤਾਂ ਦੀ ਅੰਜਾਮ ਦੇਣੇ ਕੀਤੇ ਆਤੰਕੀ ਸੰਗਠਨ ਨੇ ਰਣਨੀਤੀ ਬਦਲੀ ਲੈਤੀ ਹੈ ਪਹਿਲੇ ਆਤੰਕੀ AK47 ਦੀ ਮੁੱਖ ਰੂਪ ਕਨੇ ਇਸਤੇਮਾਲ ਕਰਦੇ ਹੈ ਪਰ ਉਹ ਆਤੰਕੀ ਚਾਈਨੀਜ਼ ਪਿਸਟਲ ਇਸਤੇਮਾਲ ਕਰਾਰ ਦੇਣ ਜਿਹੜੇ AK47 ਦੀ ਤੁਲਨਾ ਚ ਲੰਬੀ ਵੀ ਘੱਟ ਹੈ ਤੇ ਇਹਦਾ ਵਜ਼ਨ ਵੀ ਤਿੰਨ ਗੁਣਾ ਘੱਟ ਹੈ ਇੰਨਾ ਕੇ ਨਹੀਂ ਇਹ ਆਤੰਕੀ ਲਈ ਹਥਿਆਰ ਭੇਜਨੇ ਦਾ ਨਵਾਂ ਜ਼ਰੀਆ ਬਣ ਚੁਕੇ ਦੇ ਡਰੋਨ ਨੇ ਵੀ ਇਹਦੇ ਕੰਨੇ ਇਸਕੀ ਪੇਛਣਾ ਆਸਾਨ ਕਰੀਉੜਿਆ ਇਹ ਕਾਰਨ ਹੈ ਜਿਸੀਮੇ ਪਾਰ ਥਵਾ ਪਿਸਟਲ ਪੇਜਨੇ ਉਪਰ ਜ਼ਿਆਦਾ ਜ਼ੋਰ ਦਿੱਤਾ ਚਾਹਤਾ ਹੈ ਜਾਣਕਾਰੀ ਦੇ ਅਨੁਸਾਰ ਪਿਛਲੇ 1.5 ਸਾਲ ਚ ਛੜੇ ਜੰਮੂ ਸੰਵਾਗ ਚਗੀ ਪੁਲਿਸ ਇਨਾ ਤੇ ਬੀਐਸਐਫ ਨੇ ਆਤੰਕੀ ਜਾਂ ਫਿਰ ਡਰੋਨ ਥਵਾ ਸੁੱਟੀ ਗਈ ਦੀ 16 ਪਿਸਟਲ ਬਰਾਮਦ ਕੀਤੀਆਂ ਇਹਦੇ ਚ ਜ਼ਿਆਦਾਤਰ ਚਾਈਨੀਜ਼ ਪਿਸਟਲ ਨ ਤੇ ਕੁਝ ਪਾਕਿਸਤਾਨੀ ਨਿਰਮਤ ਵੀ ਐ ਏਕੇ 47 ਦਾ ਭਰਜਨ 4 ਕਿਲੋ ਦੇ ਕੋਲ ਕਾਸ਼ ਹੈ ਜਿਸਲੇ ਕੀ ਇਹਦੀ ਲੰਬਾਈ ਪੋਨੇ 3 ਫੁੱਟ ਤੋੜੀ ਹੁੰਦੀ ਹੈ जिसले की चाइनीस पिस्टल दी लंबाई 5.9 इंच ਦੇ درمیان ਤੇ ਇਹਦਾ वजन 1 ਕਿਲੋ ਦੇ ਕੋਲ ਕਸ਼ ਹੁੰਦਾ ਹੈ। ਹਫਤੇ ਦੇ ਲੇਖੇ ਜੋਕੇ ਦੇ ਅੱਜ ਦੇ ਇਸ ਅੰਕ ਚ ਬਸ ਇੰਨਾ ਗਏ। ਮੀ ਤੇ ਮੇਰੀ ਪੂਰੀ ਟੀਮ ਕੀ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਪੀਪੀ ਨਿਊਜ਼ ਲਾਈ। ਨਮਸਕਾਰ। ਮਜ਼ਬੂਤੀ ਕੀ ਪਹਿਚਾਨ ACC ਸੀਮੈਂਟ ਮੈਸਰਸ ਵਿਸ਼ਨਦਾਸ ਜਸਵਾਲ ਐਂਡ ਸਨਸ ਆਥਰਾਇਜ਼ਡ ਸਟਾਕਿਸਟ ACC ਸੀਮੈਂਟ 45 ਟ੍ਰਾਂਸਪੋਰਟ ਨਗਰ ਜੰਮੂ।